ਵਾਰਦਾਤ ਤੋਂ ਬਾਅਦ ਜਦੋਂ ਹੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਫੋਨ ਰਾਹੀਂ, ਮੈਂ ਸਮੇਤ SHO ਘੱਗਾ, SPD ਸਾਹਿਬ, DSP ਸਾਹਿਬ, CI ਇੰਚਾਰਜ ਸਾਰੇ ਮੌਕੇ 'ਤੇ ਆ ਗਏ ਸੀ। ਦੋਸ਼ੀਆਂ ਦੀ ਪਿਛਲੀਆਂ ਵਾਰਦਾਤਾਂ ਬਾਰੇ ਵੀ ਪਤਾ ਲੱਗਿਆ ਵੀ ਦੋ ਵਾਰਦਾਤਾਂ ਹੋਰ ਕੀਤੀਆਂ ਸ਼ਾਜਲੀ ਥਾਣੇ, ਸੰਗਰੂਰ ਅਤੇ ਰਤੀਏ। ਤਿੰਨੇ ਵਾਰਦਾਤਾਂ ਦੀ ਜਿਹੜੇ ਆਪਣੇ ਫੁਟੇਜ ਉਹ ਕਢਾਈ ਗਈ ਹੈ। ਤਿੰਨੇ ਵਾਰਦਾਤਾਂ ਇੱਕੋ ਹੀ ਗਰੋਹ ਦੀਆਂ, ਸਾਨੂੰ ਉਹਨੇ ਲੁੱਟ ਖੋਹ ਦੀ ਨੀਤ ਨਾਲ ਹੀ ਇਹ ਵਾਰਦਾਤ ਕੀਤੀ ਹੈ ਜੀ। ਰਾਤ ਤਕਰੀਬਨ 7:30-8 ਵਜੇ 6 ਬੰਦੇ ਸਵਿਫਟ ਗੱਡੀ 'ਚ ਆਏ ਨੇ ਅਤੇ ਉਹਨਾਂ ਨੇ ਸਾਨੂੰ ਵੀ ਅਸਲੇ ਨਾਲ ਪੂਰੇ ਅਸਲੇ ਨਾਲ ਮੂੰਹ ਢੱਕੇ ਹੋਏ ਸਭ ਨੇ। ਬਾਊ ਅੰਦਰ ਬੈਠੇ ਸੀ, ਮੈਂ ਬਾਹਰ ਸੀ ਥੋੜ੍ਹਾ ਜਿਹਾ। ਮੈਂ ਉਹਨਾਂ ਕੋਲ ਗਿਆ, ਜਦੋਂ ਉਹਨਾਂ ਨੇ ਮੇਰੇ ਬੈਕ ਸਾਈਡ ਉਹਨਾਂ ਨੇ ਜੋ ਪਿਸਟਲ ਦੀ ਹੈ ਹੱਬ ਹੈ ਉਹ ਮਾਰੀ ਹੈ, ਤਾਂ ਕਰਕੇ ਉਹਨਾਂ ਨੇ ਪੂਰੀ ਯਾਨੀ ਕਿ ਆਪਣੀ ਗੁੰਡਾਗਰਦੀ ਦੇ ਆਧਾਰ 'ਤੇ ਹੱਥਾਂ 'ਚ ਜੋ ਗਲ 'ਚ ਪਾਇਆ ਹੋਇਆ ਸੀ ਫੋਨ ਵਗੈਰਾ, ਲਾਇਸੈਂਸ ਵਗੈਰਾ, ਜੋ ਵੀ ਸਮਾਨ ਸੀ ਯਾਨੀ ਕਿ ਜੋ ਵੀ ਹੱਥ ਲੱਗਿਆ ਉਹਨਾਂ ਦਾ ਉਹ ਲੈ ਕੇ ਗਏ ਨੇ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ, IPMT ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ, 10ਵੀਂ ਅਤੇ +2 ਤੋਂ ਬਾਅਦ OT, DMLT, ਐਕਸ-ਰੇ, ਆਪਥਲੈਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ ਡਿਪਲੋਮੇ। ਇੱਥੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸ-ਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ। ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ। ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ।